ਸੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਵਿਕਰਮ ਪ੍ਰੋ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਅੰਦਰ। ਸਭ ਤੋਂ ਪਹਿਲਾਂ ਤਾਂ ਅਪੋਲੋਜਾਈਜ਼ ਕਿ ਬਹੁਤ ਚਿਰ ਬਾਅਦ ਵੀਡੀਓ ਆਉਣ ਲੱਗੀ ਆ, ਠੀਕ ਹੈ ਜੀ। ਥੋੜ੍ਹਾ ਜਿਹਾ ਬਿਜ਼ੀ ਸੀਗਾ ਮੈਂ ਤਾਂ ਕਰਕੇ, ਅਤੇ ਕੁਛ ਸਿਹਤ ਵੀ ਠੀਕ ਨਹੀਂ ਸੀ ਤਾਂ ਵੀ, ਠੀਕ ਹੈ। ਅਤੇ ਹੁਣ ਯੋਯੋ ਹਨੀ ਸਿੰਘ ਦਾ ਗਾਣਾ ਆਇਆ ਸੀ, ਬਹੁਤ ਹੀ ਵਧੀਆ, ਥੋੜ੍ਹੇ ਚਿਰ ਬਾਅਦ, ਮਤਲਬ ਵਾਹਵੇ ਚਿਰ ਬਾਅਦ ਉਹਦਾ ਵਧੀਆ ਗਾਣਾ ਆਇਆ ਕੋਈ, ਜਿਹੜਾ ਆਪਣੇ ਸੁਣਨ ਵਾਲਾ ਥੋੜ੍ਹਾ ਜਿਹਾ ਹਿਪ ਹੋਪ ਟਾਈਪ, ਮਿਲੀਅਨੇਅਰ, ਉਹਦਾ ਮੈਂ ਰੀਮੇਕ ਲੈ ਕੇ ਆਇਆ ਅੱਜ। ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ, ਮੈਂ ਇੰਸਟਾਗ੍ਰਾਮ 'ਤੇ ਸਟੋਰੀ ਵੀ ਪਾਈ ਸੀ ਕਿ ਇਹਦੇ ਵਿੱਚ ਮੈਂ ਕਿੰਨੇ ਸਾਰੇ ਬਰਾਸ ਦੇ ਜਿਹੜੇ ਸ਼ੋਟ ਕਹਿ ਲਓ ਜਾਂ ਕੀ ਕਹਿ ਸਕਦੇ ਹਾਂ ਆਪਾਂ, ਓਕਟੇਵ ਕਹਿ ਲਓ, ਯੂਜ਼ ਕੀਤੇ ਆ ਜਾਂ ਵੇਰੀਏਸ਼ਨ ਯੂਜ਼ ਕੀਤੀ ਆ, ਜਿਹਦੇ ਨਾਲ ਅੱਜ ਮੈਂ ਤੁਹਾਨੂੰ ਇੱਕ ਟਿਪ ਦਊਂਗਾ, ਟ੍ਰਿਕ ਦਊਂਗਾ ਕਿ ਆਪਾਂ ਇੱਕੇ ਮੈਲੋਡੀ ਦੇ ਵਿੱਚ ਗਾਣਾ ਕਿੱਦਾਂ ਭਰ ਸਕਦੇ ਹਾਂ, ਠੀਕ ਹੈ ਜੀ, ਜਿਹੜਾ ਉਹ ਗਾਣੇ ਦੇ ਵਿੱਚ ਹੋਇਆ ਹੋਇਆ। ਉਸ ਤੋਂ ਬਾਅਦ ਡਰਮਸ ਅਤੇ ਥੋੜ੍ਹੇ ਜਿਹੇ ਹਾਰਪ ਵਗੈਰਾ ਇਹੋ ਜਿਹੀਆਂ ਚੀਜ਼ਾਂ, ਠੀਕ ਹੈ ਜੀ। ਸੋ ਇੱਕ ਵਾਰੀ ਥੋੜ੍ਹਾ ਜਿਹਾ ਰੀਮੇਕ ਸੁਣ ਲਓ ਕਿੱਦਾਂ ਦਾ ਲੱਗਦਾ, ਜੇ ਵਧੀਆ ਲੱਗਾ ਤਾਂ ਅੱਗੇ ਵੀਡੀਓ ਕੰਟੀਨਿਊ ਕਰਿਓ, ਨਹੀਂ ਵਧੀਆ ਲੱਗਾ ਤਾਂ ਛੱਡ ਜਿਓ, ਠੀਕ ਹੈ ਜੀ। ਉਸ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਅਸੀਂ ਇੱਦਾਂ ਦੀਆਂ ਹੀ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ 'ਤੇ, ਜਿਵੇਂ ਕਿ ਮਿਊਜ਼ਿਕ ਰੀਮੇਕਸ ਹੋ ਗਏ, ਮਿਊਜ਼ਿਕ ਪ੍ਰੋਡਕਸ਼ਨ ਟਿਪਸ, ਟ੍ਰੈਕਸ ਜਾਂ ਟਟੋਰੀਅਲ ਹੋ ਗਏ। ਜਿਹਨੇ ਵੀ ਪੰਜਾਬੀ 'ਚ ਸਿੱਖਣਾ ਹੈ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ ਜੀ। ਥੈਂਕ ਯੂ ਸੋ ਮੱਚ, ਅਤੇ ਆ ਜਾਓ ਸੁਣਦੇ ਹਾਂ ਆਪਾਂ ਇਕੱਠੇ। ਠੀਕ ਹੈ ਜੀ, ਸੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਫੋਕਸ ਲੈ ਕੇ ਜਾਂਦਾ ਡਰਮਸ ਦੇ ਵੱਲ। ਡਰਮਸ ਇਹਦੇ ਵਿੱਚ ਸਿਰਫ 4-5 ਲੇਅਰਾਂ ਯੂਜ਼ ਹੋਈਆਂ, ਕੋਈ ਜ਼ਿਆਦਾ ਤੜਕਾ ਨਹੀਂ ਗਾ। ਸਭ ਤੋਂ ਪਹਿਲਾਂ ਕਿੱਕ, ਅਤੇ ਮੈਂ ਦੱਸਣਾ ਭੁੱਲ ਗਿਆ, 96 ਇਹਦਾ BPM, ਜੀ ਮਾਈਨਰ ਇਹਦਾ ਸਕੇਲ ਆ, ਠੀਕ ਹੈ ਜੀ। ਆ ਸੁਣਦੇ ਹਾਂ ਇੱਕ ਵਾਰੀ ਕਿੱਕ, ਉਹਦੇ ਨਾਲ ਆਪਾਂ ਲਾਈ ਹੋਈ ਆ ਸਨੇਅਰ, 2 ਲੇਅਰ ਕੀਤੀਆਂ ਸਨੇਰਾਂ। ਸਨੇਅਰ ਦੇ ਉੱਤੇ ਇੱਕ ਦੇ ਥੋੜ੍ਹੀ ਜਿਹੀ ਰਿਵਰਬ ਵੀ ਦਿੱਤੀ ਆ। ਮੈਂ ਤੁਹਾਨੂੰ ਇੱਕ ਵਾਰੀ ਡਰਮਸ ਸੁਣ ਲਓ, ਫਿਰ ਉਹਨਾਂ ਦੀ ਪ੍ਰੋਸੈਸਿੰਗ ਵੀ ਦੱਸਦਾ ਬਾਅਦ 'ਚ, ਵੀ ਇੰਨੇ ਹਾਰਡ ਕਿੱਦਾਂ ਸਾਊਂਡ ਕਰਦੇ ਪਏ ਆ। ਉਸ ਤੋਂ ਬਾਅਦ ਹਾਈ ਹੈਟਸ ਯੂਜ਼ ਕੀਤੀਆਂ 2 ਤਰ੍ਹਾਂ ਦੀਆਂ, ਅਤੇ ਇੱਕ ਚੀਜ਼ ਦੇਖਿਓ ਤਾਂ ਥੋੜ੍ਹੀ ਜਿਵੇਂ ਜਿਹੜੀ ਹਾਈ ਹੈਟ ਆ ਉਹ ਗ੍ਰਿੱਡ ਤੋਂ ਇੱਕ ਅੱਗੇ ਰੱਖੀ ਆ ਅਤੇ ਇੱਕ ਪੂਰੀ ਗ੍ਰਿੱਡ ਦੇ ਉੱਤੇ ਰੱਖੀ ਆ, ਠੀਕ ਹੈ ਜੀ। ਇਹਦੇ ਨਾਲ ਫਰਕ ਦੇਖਿਓ ਪੈਂਦਾ। ਜੇ ਆਪਾਂ ਇਹਨੂੰ ਪੂਰਾ ਗ੍ਰਿੱਡ 'ਤੇ ਕਰ ਦਈਏ, ਇੱਕੋ ਇਫੈਕਟ ਬਣਾਉਣ ਦੀ ਜਗ੍ਹਾ ਸਿਰਫ ਉਹਦੀ ਆਵਾਜ਼ ਡਬਲ ਹੋ ਗਈ, ਇੱਦਾਂ ਇਫੈਕਟ ਬਣਦਾ ਜੇ ਆਪਾਂ ਗ੍ਰਿੱਡ ਤੋਂ ਥੋੜ੍ਹੀ ਜਿਹੀ ਪਰਾਂ ਕਰ ਦਿੰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਬੋਂਗੋ ਦੇ ਸ਼ੋਟ ਆ। ਹੁਣ ਮੈਨੂੰ ਨਹੀਂ ਪਤਾ ਐਕਚੁਅਲ ਗਾਣੇ 'ਚ ਕੀ ਲੱਗਾ, ਬਟ ਇੱਥੇ ਜਿਹੜੀ ਸਾਊਂਡ ਮੈਨੂੰ ਸਿਮਿਲਰ ਲੱਭੀ ਉਹ ਮੈਂ ਲਾਤੀ, ਠੀਕ ਹੈ ਜੀ। ਅਤੇ ਨਾਲ ਆਪਣੀ ਇੱਕ ਕ੍ਰੈਸ਼ ਆ। ਹੁਣ ਡਰਮਸ ਆਪਣੇ ਹੈਗੇ ਆ ਇੱਥੇ ਲਾਲ ਰੰਗ ਦੇ ਅੰਦਰ, ਇਹਨਾਂ 'ਚ ਕੁਛ ਖਾਸ ਨਹੀਂ ਹੈਗਾ। ਸਭ ਤੋਂ ਪਹਿਲਾਂ ਕਿੱਕ ਆ ਆਪਣੇ ਕੋਲ, ਇਹਦੇ ਉੱਤੇ ਮੈਂ EQ ਕੀਤਾ ਥੋੜ੍ਹਾ ਜਿਹਾ ਇਹਨੂੰ ਟੋਨ ਕਰਨ ਦੇ ਲਈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਬਲੱਡ ਓਵਰ ਡਰਾਈਵ ਦਿੱਤੀ ਆ। ਜ਼ਿਆਦਾਤਰ ਮੈਂ ਸਟੋਕ ਪਲੱਗਇਨ ਯੂਜ਼ ਕੀਤੀਆਂ, ਅਤੇ ਜਿਹੜੀਆਂ ਮੈਂ ਬਾਹਰੋਂ ਯੂਜ਼ ਕੀਤੀਆਂ ਉਹਨਾਂ ਦੇ ਮੈਂ ਸੈਂਪਲ ਬਣਾਤੇ ਆ, ਠੀਕ ਹੈ ਜੀ, ਕੰਸੋਲੀਡੇਟ ਕਰਕੇ, ਕਿਉਂਕਿ ਮੈਂ ਤੁਹਾਨੂੰ FLP ਦੇਣਾ, ਜੇ ਫਿਰ ਤੁਹਾਡੇ ਕੋਲ ਸਿਸਟਮ ਨਾ ਹੋਇਆ ਮੇਰੇ ਵਾਲਾ, ਫਿਰ ਤੁਹਾਨੂੰ ਪ੍ਰੋਬਲਮ ਆਊਗੀ, ਇਸ ਕਰਕੇ ਮੈਂ ਜਿਹੜੇ ਸੈਂਪਲ ਆ ਉਹ ਕੰਸੋਲੀਡੇਟ ਕਰਤੇ ਸੀ। ਅਤੇ ਉਸ ਤੋਂ ਬਾਅਦ ਜੇ ਆਪਾਂ ਸਨੇਅਰ ਦੇਖੀਏ, ਕੁਛ ਜ਼ਿਆਦਾ ਨਹੀਂ ਹੈਗਾ, EQ ਆ ਥੋੜ੍ਹਾ ਜਿਹਾ, ਬੂਸਟ ਦਿੱਤਾ ਮੈਂ ਨਾਲ, ਰਿਵਰਬ ਆ ਆਪਣੀ, ਅਤੇ ਬਸ ਹਾਂਜੀ ਆਹੀ ਆ EQ ਹੀ ਆ ਬੇਸਿਕ। ਜ਼ਿਆਦਾ ਪ੍ਰੋਸੈਸਿੰਗ ਦੇਖਣ ਵਾਲੀ ਹੈਗੀ ਆ ਬਸ ਦੇ ਅੰਦਰ, ਕਿਉਂਕਿ ਇੱਧਰ ਆ ਲਾਲ ਰੰਗ ਦੇ ਵਿੱਚ ਬਸ ਆ ਡਰਮਸ ਦੀ, ਜਿਹੜੀ
ਆ ਸਾਰੇ ਮੈਂ ਡਰਮਸ ਰਾਊਟ ਕਰਕੇ ਉੱਧਰ ਲੈ ਕੇ ਗਿਆ ਹਾਂ ਬੱਸ ਦੇ ਵਿੱਚ। ਇੱਥੇ ਆਪਾਂ ਫਰੂਟੀ ਫਾਸਟ ਡਰਟ ਲਾਇਆ, ਉਸ ਤੋਂ ਬਾਅਦ ਇਹਨੂੰ ਲਿਮਿਟਰ ਦੇ ਕੇ ਪੈਰਲਲ ਕੰਪਰੈਸ਼ਨ ਕੀਤੀ ਆ। ਇੱਕ ਵਾਰੀ ਤੁਸੀਂ ਸੁਣੋ ਵਿਦ ਐਂਡ ਵਿਦਆਊਟ ਦਿਸ। ਹੁਣ ਇਹਦੇ ਨਾਲ ਸਲਾਈਟ ਜਿਹਾ ਫਰਕ ਪਿਆ ਆ, ਬਟ ਉਹ ਗਾਣੇ ਦੇ ਅੰਦਰ ਬਹੁਤ ਜ਼ਿਆਦਾ ਇੰਪੈਕਟ ਪਾ ਦਿੰਦਾ। ਠੀਕ ਹੈ ਜੀ, ਅਤੇ ਹੁਣ ਆਪਾਂ ਵੱਧਦੇ ਹਾਂ ਆਪਣੀ ਬੇਸ ਦੇ ਵੱਲ। ਬੇਸ ਤੁਹਾਨੂੰ ਮੈਂ ਪਹਿਲਾਂ ਦੱਸਾਂ, ਇੱਥੇ ਜਿਹੜਾ ਆਪਣਾ ਕੈਜੂਅਲ ਜਾਂ ਯੂਜੂਅਲ ਤਰੀਕਾ ਆ ਵੀ ਸਿੱਧੀ ਨਹੀਂ ਲਾਈ ਹੋਈ ਜਿੱਦਾਂ ਸਾਰੇ ਲਾਉਂਦੇ ਆ, ਇਹ ਗਾਣੇ ਦੇ ਅੰਦਰ ਹਨੀ ਸਿੰਘ ਨੇ ਬੇਸ ਥੋੜ੍ਹੀ ਡਿਫਰੈਂਟ ਤਰੀਕੇ ਦੀ ਟਰਾਈ ਕੀਤੀ ਆ। ਇੱਕ ਵਾਰੀ ਬੇਸ ਸੁਣ ਲਓ। ਹੁਣ ਤੁਸੀਂ ਕਹੋਗੇ ਕਿ ਬੇਸ ਦੇ ਤਾਂ ਸ਼ੋਟ ਥੋੜ੍ਹੇ ਥੋੜ੍ਹੇ ਹੀ ਆ, ਹੈ ਨਾ। ਇਹਦੇ ਨਾਲ ਗਾਣੇ ਦੇ ਵਿੱਚ ਜੋ ਮੈਨੂੰ ਫੀਲ ਹੋਇਆ, ਇੱਕ ਆਹ ਲੋਅ ਸਟ੍ਰਿੰਗਸ ਚੱਲ ਰਹੀਆਂ ਨੇ, ਇੱਕ ਆਹ ਥੱਲੇ ਲੋਅ ਸਟ੍ਰਿੰਗਸ ਚੱਲ ਰਹੀਆਂ ਨੇ, ਇਹ ਚਾਰੇ ਚੀਜ਼ਾਂ ਦੇ ਨਾਲ ਸੁਣੋ ਕਿੱਦਾਂ ਦਾ ਫੀਲ ਹੁੰਦਾ। ਹੁਣ ਬੇਸ ਤਾਂ ਉਨੀ ਕੀ ਸੀ, ਬਟ ਜਿਹੜੀਆਂ ਸਟ੍ਰਿੰਗਸ ਚੱਲੀਆਂ ਉਹਨਾਂ ਨੇ ਜਿਹੜਾ ਬੇਸ ਸੈਕਸ਼ਨ ਸੀ ਉਹ ਭਰਤਾ। ਠੀਕ ਹੈ, ਸੋ ਇਹ ਚੀਜ਼ ਮੈਨੂੰ ਵੀ ਸਿੱਖਣ ਨੂੰ ਮਿਲੀ, ਤੁਸੀਂ ਵੀ ਸਾਰੇ ਸਿੱਖ ਲਓ ਕਿ ਹਰ ਵਾਰ ਲੋਅ ਐਂਡ ਭਰਨ ਵਾਸਤੇ ਬੇਸ ਨਹੀਂ ਵਰਤੀ ਜਾਂਦੀ, ਆਪਾਂ ਲੋਅ ਸਟ੍ਰਿੰਗਸ ਦਾ ਵੀ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਅਤੇ ਜਿਹੜੀ ਇੰਟਰੋ ਬੇਸ ਆ ਇਹ ਮੈਂ ਕਿਸੇ ਪਲੱਗਿਨ 'ਚੋਂ ਬਣਾਈ ਸੀ। ਇਹਦੀ ਮੈਂ ਮੈਲੋਡੀ ਇੱਥੇ ਜਿਹੜੀ ਪਿਆਨੋ ਰੋਲ ਦੇ ਅੰਦਰ ਇੱਥੇ ਨੋਟਸ ਰੱਖਦੇ ਆ ਨਾਲ ਫ੍ਰੀ FLP 'ਚ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਕਿ ਕਿੱਦਾਂ ਸਾਰੀ ਮੈਲੋਡੀ ਜਾਂ ਕੀ ਹਰੇਕ ਦਾ ਮਿਡੀ ਪੈਟਰਨ ਸੀ। ਠੀਕ ਹੈ ਜੀ, ਹਰੇਕ ਦਾ ਮਿਡੀ ਪੈਟਰਨ ਤੁਹਾਨੂੰ ਲੱਭ ਜੂਗਾ ਵਿੱਚ ਜੋ ਵੀ ਮੈਂ ਬਣਾਇਆ, ਅਤੇ ਮੈਂ ਸੈਂਪਲ ਕੋਈ ਨਹੀਂ ਯੂਜ਼ ਕੀਤਾ ਕਿਸੇ ਵੀ ਮੈਲੋਡੀ ਦਾ, ਸਾਰੀਆਂ ਆਪ ਹੀ ਡਿਜ਼ਾਇਨ ਕੀਤੀਆਂ ਇੱਥੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਹੈਗੀਆਂ। ਠੀਕ ਹੈ ਜੀ, ਓਕੇ। ਅਤੇ ਹੁਣ ਤੁਹਾਨੂੰ ਜੇ ਮੈਂ ਇਕੱਲਾ ਇਕੱਲਾ ਇੰਸਟਰੂਮੈਂਟ ਸੁਣਾਵਾਂ, ਆਪਣੇ ਕੋਲ ਜ਼ਿਆਦਾਤਰ ਬਰਾਸ ਹੀ ਆ ਇੱਥੇ। ਇੱਕ ਵਾਰੀ ਬਰਾਸ ਆਪਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਦੇ ਹਾਂ। ਠੀਕ ਹੈ ਜੀ, ਪੂਰਾ ਸੈਕਸ਼ਨ ਸੁਣ ਲਓ ਇੱਕ ਵਾਰੀ ਤੁਸੀਂ, ਮੈਂ ਸਾਰਾ ਹੀ ਚਲਾ ਦਿੰਦਾ। ਸੋ ਜਿਹੜੇ ਪਹਿਲੀਆਂ ਦੋ ਲੇਅਰਾਂ ਆ ਇਹ ਆਪਣੇ ਕੋਲ ਹੈਗੀਆਂ ਸੈਕਸੋਫੋਨ ਦੀਆਂ, ਇੱਕ ਹਾਏ ਆ ਇੱਕ ਲੋ ਆ। ਠੀਕ ਹੈ ਜੀ, ਉਸ ਤੋਂ ਬਾਅਦ ਆਪਣੇ ਕੋਲ ਮੇਨ ਟਰੰਪੈਟ ਆਉਂਦੇ ਆ ਆਪਣੇ, ਇਹ ਜਸਟ ਪਿੱਛੇ ਰੱਖਿਆ ਹੋਇਆ ਐਂਬੀਐਂਟ ਸਾਊਂਡ ਦੇ ਵਾਸਤੇ। ਉਸ ਤੋਂ ਬਾਅਦ ਇੱਕ ਹੋਰ ਟਰੰਪੈਟ ਦੀ ਲੇਅਰ, ਜਿਹੜੀਆਂ ਥੱਲੇ ਆਹ ਦੋ ਲੇਅਰਾਂ ਨੇ ਆਹ ਵਾਲੀਆਂ, ਇਹ ਜਸਟ ਫੋਰ ਹਾਰਮੋਨਾਈਜ਼ਿੰਗ ਪਰਪਸ ਰੱਖੀ ਹੋਈ ਹੈ ਇੱਥੇ। ਠੀਕ ਹੈ ਜੀ, ਅਤੇ ਪੂਰਾ ਸੈਕਸ਼ਨ ਅੱਗੇ ਤੁਸੀਂ ਸੁਣ ਲਿਆ, ਇਹਦੇ ਨਾਲ ਆ ਸਟ੍ਰਿੰਗ ਚੱਲਦੀ ਆ ਬਸ ਜਿਹੜੀ ਬੇਸ ਦੇ ਨਾਲ ਆ। ਠੀਕ ਹੈ ਜੀ, ਉਸ ਤੋਂ ਬਾਅਦ ਆਪਣੇ ਕੋਲ ਔਰਗਨਸ ਆ ਜਾਂਦੇ ਆ, ਕੋਰਡਸ ਆ ਬੇਸਿਕਲੀ ਔਰਗਨ ਦੀਆਂ। ਉਸ ਤੋਂ ਬਾਅਦ ਜਿਹੜਾ ਆਪਣਾ ਹਾਰਪ ਗਿਟਾਰ ਆ ਇਹ ਆ ਜਾਂਦਾ ਆ,
ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਮਿਊਟਿਡ ਗਿਟਾਰ, ਇਹਦੀ ਵੀ ਤੁਹਾਨੂੰ ਮੈਲੋਡੀ ਆ ਥੱਲੇ ਲੱਭ ਜੂਗੀ, ਆਹ ਵਾਲੀ ਸੁਣਦੇ ਹਾਂ ਇੱਕ ਵਾਰੀ। ਠੀਕ ਹੈ ਜੀ, ਇਹ ਇੰਨਾ ਹੀ ਆ। ਹੁਣ ਜਿਹੜੀ ਤੁਹਾਨੂੰ ਮੈਂ ਕਹੀ ਸੀ ਕਿ ਬੇਸ ਅਤੇ ਲੋ ਸਟ੍ਰਿੰਗ ਮੈਂ ਇਕੱਠੀਆਂ ਲਾਈਆਂ, ਇਹ ਤੁਸੀਂ ਜੇ ਗਾਣੇ ਦੀ ਇੰਟਰੋ ਧਿਆਨ ਨਾਲ ਸੁਣੋਗੇ ਤਾਂ ਉਹ ਇੱਦਾਂ ਦੀ ਆ ਕੁਛ। ਹੁਣ ਉੱਥੇ ਆਪਾਂ ਨੂੰ ਪਹਿਲੀ ਵਾਰੀ ਸੁਣਨ 'ਤੇ ਲੱਗਦਾ ਕਿ ਉਹ ਬੇਸ ਆ, ਬਟ ਮੈਨੂੰ ਧਿਆਨ ਨਾਲ ਸੁਣਨ 'ਤੇ ਪਤਾ ਲੱਗਾ ਕਿ ਪਿੱਛੇ ਸਟ੍ਰਿੰਗਸ ਵੀ ਲੱਗੀਆਂ ਨੇ। ਹੁਣ ਪਤਾ ਨਹੀਂ ਇਕੱਲੀਆਂ ਲੋ ਸਟ੍ਰਿੰਗਸ ਹੀ ਆ, ਪਤਾ ਨਹੀਂ ਨਾਲ ਬੇਸ ਵੀ ਆ, ਬਟ ਉੱਦਾਂ ਦੀ ਸਾਊਂਡ ਬਣਾਉਣ ਦੇ ਵਾਸਤੇ ਮੈਨੂੰ ਸਟ੍ਰਿੰਗ ਅਤੇ ਬੇਸ ਦੋਵਾਂ ਦਾ ਯੂਜ਼ ਕਰਨਾ ਪਿਆ। ਠੀਕ ਹੈ ਜੀ। ਸੋ ਇੱਦਾਂ ਸਾਊਂਡ ਨੂੰ ਲੇਅਰ ਕਰਕੇ ਤੁਸੀਂ ਬਹੁਤ ਹੀ ਡਿਫਰੈਂਟ ਅਤੇ ਵਾਈਡ ਬਣਾ ਸਕਦੇ ਹੋ। ਇਹ ਮੇਰੀ ਪਹਿਲੀ ਟਿਪ ਆ ਅੱਜ ਤੁਹਾਡੇ ਲਈ, ਪਹਿਲੀ ਨਹੀਂ ਦੂਜੀ। ਪਹਿਲੀ ਉਹ ਹੋ ਗਈ ਆਪਾਂ ਨੂੰ ਦੋਵਾਂ ਨੂੰ ਪਤਾ ਲੱਗਾ ਜਿਹੜਾ ਕਿ ਆਪਾਂ ਬੇਸ ਇਕੱਲੀ ਵਰਤ ਕੇ ਨਹੀਂ ਹੋਰ ਵੀ ਇੰਸਟਰੂਮੈਂਟ ਪਾ ਕੇ ਲੋ ਐਂਡ ਭਰ ਸਕਦੇ ਹਾਂ ਐਕਸਪੈਰੀਮੈਂਟ ਕਰਕੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਡਰੰਮ ਫਿਲ ਆਉਂਦੇ ਆ। ਡਰੰਮ ਫਿਲ ਹੁਣ ਮੈਨੂੰ ਇੱਕ ਤਾਂ ਮੇਰੇ ਕੋਲ ਐਗਜੈਕਟ ਪਿਆ ਸੀ, ਬਟ ਜਿਹੜੇ ਅੱਗੇ ਵਾਲੇ ਦੋ ਟੋਮਸ ਆ ਉਹ ਵੀ ਲੱਭ ਗਏ, ਉਹ ਬਣਾ ਲਏ ਹੈ ਨਾ, ਬਟ ਜਿਹੜੀ ਅੱਗੇ ਵਾਲੀ ਸੀ ਉਹ ਐਗਜੈਕਟ ਨਹੀਂ ਲੱਭੀ, ਤਾਂ ਮੈਂ ਆਪਣੇ ਹਿਸਾਬ ਨਾਲ ਜਿਹੜਾ ਫਿੱਟ ਆਉਂਦਾ ਸੀ ਉਹ ਮੈਂ ਲਾਤਾ। ਇੱਕ ਵਾਰੀ ਕੰਪਲੀਟ ਸੁਣ ਲਓ, ਫਿਰ ਤੁਹਾਨੂੰ ਇਕੱਲੇ ਇਕੱਲੇ ਸੁਣਾਉਣਾ ਮੈਂ। ਠੀਕ ਹੈ ਜੀ। ਹੁਣ ਆਹ ਵਾਲਾ ਤਾਂ ਐਗਜੈਕਟ ਗੀਤ ਵਾਲਾ ਹੀ ਆ, ਅਤੇ ਆਹ ਟੋਮਸ ਬਣਾ ਲਏ ਸੀ ਮੈਂ, ਅਤੇ ਆਹ ਅੱਗੇ ਸਨੇਅਰ ਰੋਲ ਆ ਕੁਛ ਐਵੇਂ ਕਰਕੇ, ਅਤੇ ਇਕੱਠੇ ਇੱਦਾਂ ਸਾਊਂਡ ਕਰਦੇ ਆ। ਠੀਕ ਹੈ ਜੀ। ਹੁਣ ਆਪਣੇ ਕੋਲ ਹੋਰ ਕੁਛ ਨਹੀਂ ਹੈਗਾ ਗਾਣੇ ਦੇ ਅੰਦਰ, ਜਸਟ ਇੱਕ ਰੀਜ਼ ਚੱਲਦੀ ਆ ਅਤੇ ਇੱਕ ਆ ਫਲਟਰ ਜਿਹੜੀ ਆਪਣੀ ਸਵੀਪ ਡਾਊਨ ਆ। ਹੁਣ ਜਦੋਂ ਆਹ ਸੈਕਸ਼ਨ ਆਉਂਦਾ ਗਾਣੇ ਦਾ, ਇੱਥੇ ਪਹਿਲਾਂ ਮੈਨੂੰ ਲੱਗਾ ਸੀ ਕਿ ਇਹ ਸਿਰਫ ਇੱਦਾਂ ਹੀ ਆ ਇਹ ਤੋਂ ਬਿਨਾਂ, ਪਰ ਜਦੋਂ ਗਾਣਾ ਧਿਆਨ ਨਾਲ ਸੁਣਿਆ ਤਾਂ ਪਤਾ ਲੱਗਾ ਪਿੱਛੇ ਬਹੁਤ ਹੀ ਹੌਲੀ ਹੌਲੀ ਆਹ ਚੀਜ਼ ਚੱਲਦੀ ਪਈ ਆ। ਹੈੱਡਫੋਨ ਲਾ ਕੇ ਸੁਣਿਓ ਤੁਹਾਨੂੰ ਤਾਂ ਪਤਾ ਲੱਗੂਗਾ। ਠੀਕ ਹੈ ਜੀ। ਫਿਰ ਜਦੋਂ ਮੈਂ ਵੀ ਇਹ ਵਿੱਚ ਲਾਈ ਤਾਂ ਇਹ ਬਹੁਤ ਜ਼ਿਆਦਾ ਫਰਕ ਪਾ ਤਾ ਇਹਨੇ। ਠੀਕ ਹੈ ਜੀ। ਸੋ ਇਹ ਪਰਫੈਕਟ ਐਗਜ਼ਾਮਪਲ ਆ ਕਿ ਇੱਕ ਬਹੁਤ ਹੀ ਵਾਈਡ ਚੀਜ਼, ਬਹੁਤ ਹੀ ਸੂਝਵਾਨ ਬੰਦੇ ਵੱਲੋਂ ਚੂਜ਼ ਕਈ ਕੀਤੀ ਚੀਜ਼। ਠੀਕ ਹੈ ਜੀ। ਮਤਲਬ ਹੁਣ ਜੇ ਆਪਾਂ ਕਹਿ ਸਕੀਏ ਵੀ ਉਹ ਯੋਹਾਨੀ ਸਿੰਘ ਨੂੰ ਤਾਂ ਵਾਹ ਵਾਹ ਸਾਲ ਹੋ ਗਏ ਕੰਮ ਕਰਦੇ ਨੂੰ, ਹੁਣ ਉਹਨੂੰ ਪਤਾ ਵੀ ਜੇ ਆਪਾਂ ਇੱਥੇ ਇੱਕ ਰੀਜ਼ ਬੇਸ ਲਾ ਦਾਂਗੇ ਤਾਂ ਉਹਨੇ ਬਹੁਤ ਜ਼ਿਆਦਾ ਫਰਕ ਪਾ ਦੇਣਾ ਖਾਲੀ ਜਗ੍ਹਾ 'ਚ। ਸੋ ਉਹੀ ਇੱਥੇ ਮੈਂ ਟਰਾਈ ਕਰਕੇ ਵੇਖਿਆ ਤਾਂ ਉਹਨੇ ਬਹੁਤ ਜ਼ਿਆਦਾ ਫਰਕ ਸੱਚੀ ਹੋ ਪਾਤਾ। ਠੀਕ ਹੈ ਜੀ। ਅਤੇ ਹੁਣ ਆਪਾਂ ਦੇਖਦੇ ਹਾਂ ਇਹ 'ਚ ਹੋਰ ਕੁਛ ਦੇਖਣ ਵਾਲਾ ਰਹਿ ਤਾਂ ਨਹੀਂ ਗਿਆ। ਨਹੀਂ ਜੀ, ਹੋਰ ਕੁਛ ਨਹੀਂ ਰਹਿ ਗਿਆ। ਅਤੇ ਜਿੱਦਾਂ ਤੁਹਾਨੂੰ ਮੈਂ ਕਿਹਾ ਸੀ ਵੀ ਬਾਅਦ 'ਚ ਮੈਂ ਪ੍ਰੋਸੈਸਿੰਗ ਵੀ ਦੱਸੂੰਗਾ ਹਰੇਕ ਚੀਜ਼ ਦੀ। ਜੇ ਤੁਹਾਨੂੰ ਮੈਂ ਟਰੰਪੈਟ ਸੁਣਾਵਾਂ ਬਿਨਾਂ ਉਹਦੇ ਤੋਂ ਪ੍ਰੋਸੈਸਿੰਗ ਤੋਂ, ਤਾਂ ਇਹ ਜਮ੍ਹਾਂ ਹੀ ਗਾਰਬੇਜ ਨਹੀਂ ਕਹਿ ਸਕਦੇ, ਬਟ ਜਿੱਦਾਂ ਦੀ ਆਪਾਂ ਨੂੰ ਸਾਊਂਡ ਚਾਹੀਦੀ ਸੀ ਉੱਦਾਂ ਦੇ ਸਾਊਂਡ ਨਹੀਂ ਸੀ ਕਰਦੇ। ਤੁਹਾਨੂੰ ਸੁਣਾ ਦਿੰਦਾ ਮੈਂ ਇੱਕ ਵਾਰੀ, ਆਹ ਟਰੰਪਟ ਬੱਸ ਆਪਣੀ। ਇਹ ਬਿਫੋਰ ਆ ਬਿਲਕੁਲ ਰੋ, ਅਤੇ ਆਹ ਆਫਟਰ ਹੁਣ ਤੁਸੀਂ ਸੁਣੋਗੇ। ਠੀਕ
ਠੀਕ ਹੈ ਜੀ। ਇਹਦੇ ਵਿੱਚ ਮੈਂ ਜ਼ਿਆਦਾ ਕੁਛ ਨਹੀਂ ਕੀਤਾ, ਈਕਿਊ ਕੱਟ ਦਿੱਤਿਆ ਥੋੜ੍ਹੇ ਜਿਹੇ, ਉਹਨੂੰ ਸਾਫ਼ ਸਫਾਈ ਕੀਤੀ ਉਹਦੀ। ਵਿੰਟੇਜ ਕੋਰਸ ਆਪਣੇ ਐਫਲ ਸਟੂਡੀਓ ਦੀ ਹੀ ਆ, ਸਟੋਕ ਇਹ ਯੂਜ਼ ਕੀਤੀ ਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ RC20 ਇਹ ਪੇਡ ਪਲੱਗਇਨ ਹੈ ਐਕਸਟਰਨਲ ਦਾ। ਅਤੇ ਆਪਣੇ ਕੋਲ ਜਦੋਂ ਮੈਂ ਬਹੁਤ ਸਾਰੀ ਪ੍ਰੋਸੈਸਿੰਗ ਕਰ ਲਈ ਸੀ ਤਾਂ ਮੈਨੂੰ ਇੱਥੇ ਇੱਕ ਆਵਾਜ਼ ਜਿਹੜੀ ਉਹ ਬਹੁਤ ਕੰਨਾਂ 'ਚ ਚੁੱਭਦੀ ਸੀ, ਤੁਹਾਨੂੰ ਵੀ ਮੈਂ ਸੁਣਾਉਣਾ, ਹੈੱਡਫੋਨ ਲਾ ਕੇ ਜ਼ਰੂਰ ਸੁਣਿਓ। ਠੀਕ ਹੈ ਜੀ। ਸੋ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਤੁਸੀਂ ਡਾਊਨ ਕਰਨੀਆਂ, ਜਿਹਦੇ ਨਾਲ ਤੁਹਾਡੀ ਆਵਾਜ਼ ਸਾਫ਼ ਵੀ ਹੋਊਗੀ ਅਤੇ ਗਾਣਾ ਕਲੀਅਰ ਮਿਕਸ ਮਾਸਟਰ ਜਾਂ ਪ੍ਰੋਸੈਸ ਜਿੱਦਾਂ ਦੀ ਵੀ ਆਊਟਪੁੱਟ ਤੁਹਾਨੂੰ ਚਾਹੀਦੀ ਆ ਉੱਦਾਂ ਦੀ ਲੱਭੂਗੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਲਿਮਿਟਰ ਇਹਨੂੰ ਥੋੜ੍ਹਾ ਜਿਹਾ ਕੰਪਰੈਸ ਕੀਤਾ, ਉਸ ਤੋਂ ਬਾਅਦ ਰੀਵਰਬ ਅਤੇ ਆ ਆਖਰ 'ਚ ਆਪਣਾ ਫਿਲਟਰ ਦਿੱਤਾ ਇਹਨੂੰ, ਠੀਕ ਹੈ ਜੀ। ਬਸ ਆਹੀ ਪ੍ਰੋਸੈਸਿੰਗ ਹੈ, ਇਹਦੇ ਉੱਤੇ ਹੋਰ ਕੁਛ ਨਹੀਂ ਹੈਗੀ। ਅਤੇ ਜੇ ਆਪਾਂ ਗੱਲ ਕਰੀਏ ਹੋਰ ਚੀਜ਼ਾਂ ਦੀ, ਮੈਂ ਇੱਕ ਹੋਰ ਮਿਊਟਿਡ ਗਿਟਾਰ 'ਤੇ ਬਹੁਤ ਪ੍ਰੋਸੈਸਿੰਗ ਕਰਕੇ ਇਹਨੂੰ ਇਹਦੀ ਸਾਊਂਡ ਚੇਂਜ ਕੀਤੀ ਆ। ਜੇ ਤੁਹਾਨੂੰ ਮੈਂ ਰੌਸ ਨਾ ਵਾਂ, ਵਧੀਆ ਸਾਊਂਡ ਕਰਦਾ, ਨੋਟ ਬੈਡ, ਬਟ ਜਿੱਦਾਂ ਦਾ ਆਪਾਂ ਨੂੰ ਟੈਕਸਚਰ ਚਾਹੀਦਾ ਸੀ, ਜਿੱਦਾਂ ਦਾ ਸੋਚਿਆ ਸੀ, ਉਹ ਦੇਣ ਵਾਸਤੇ ਪਹਿਲਾਂ ਇਹਨੂੰ ਕੱਟ ਦੇ ਕੇ, ਹੈ ਨਾ, ਵੀ ਇਹਦੀਆਂ ਮਿਡਸ ਰੱਖੀਆਂ ਸਿਰਫ, ਉੱਪਰੋਂ ਥੱਲਿਓਂ ਕੱਟ ਤਾ, ਇਹਨੂੰ ਥੋੜ੍ਹਾ ਜਿਹਾ ਸੈਚੂਰੇਟ ਕਰਕੇ ਰਿਵਰਬ ਦਿੱਤੀ ਆ। ਹੁਣ ਸੁਣੋ, ਠੀਕ ਹੈ ਜੀ। ਅਤੇ ਹਾਂਜੀ, ਬਸ ਆਹੀ ਕੁਛ ਸੀਗਾ ਆਪਣੇ ਗਾਣੇ ਦੇ ਅੰਦਰ, ਹੋਰ ਕੁਛ ਨਹੀਂ ਹੈਗਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਮੈਨੂੰ ਮੇਰੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਠੀਕ ਹੈ ਜੀ। ਕਿਸੇ ਨੇ ਗਾਣਾ ਵਾਣਾ ਬਣਵਾਉਣਾ ਆ ਜਾਂ ਕੋਈ ਵੀ ਗੱਲਬਾਤ ਕਰਨੀ ਆ, ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਨਹੀਂ ਤਾਂ ਤੁਹਾਨੂੰ ਵਟਸਐਪ ਦਾ ਨੰਬਰ ਇੱਥੇ ਉੱਪਰ ਸ਼ੋਅ ਹੁੰਦਾ ਹੋਣਾ, ਤੁਸੀਂ ਉੱਥੇ ਗੱਲ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਉਦੋਂ ਤੱਕ ਆ ਜਾਓ, ਆਪਾਂ ਇੰਸਟਰੂਮੈਂਟਲ ਇੰਜੋਏ ਕਰੀਏ। ਦੱਸਿਓ ਜ਼ਰੂਰ ਕਮੈਂਟ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਜਾਂ ਇੰਸਟਰੂਮੈਂਟਲ ਕਿੱਦਾਂ ਦਾ ਲੱਗਾ। ਜੇ ਕਿਸੇ ਨੂੰ ਪੂਰੀ MP3 ਫਾਈਲ ਚਾਹੀਦੀ ਆ ਤਾਂ ਮੈਂ ਵੀਡੀਓ ਡਰੋਪ ਕਰ ਦੂੰਗਾ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਆਪਣਾ ਦੂਜਾ ਚੈਨਲ ਆ ਵਿਕਰਮ ਪ੍ਰੋ ਬੀਟਸ ਕਰਕੇ, ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦੂੰਗਾ,
ਉਹਦੇ 'ਤੇ ਮੈਂ ਬੀਟਾਂ ਵਗੈਰਾ ਜਾਂ ਰੀਮਿਕਸ ਆਪਣੇ ਅਪਲੋਡ ਕਰਦਾ ਰਹਿੰਦਾ ਜਿਹੜੇ ਮੈਂ ਵਿਹਲੇ ਟਾਈਮ 'ਚ ਬੈਠਾ ਬਣਾਉਂਦਾ ਰਹਿੰਦਾ। ਠੀਕ ਹੈ ਜੀ, ਉਹ ਵੀ ਜ਼ਰੂਰ ਚੈੱਕ ਕਰਿਓ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਬਾਏ ਬਾਏ।